ਉਹ ਦਰੂ ਨਾ ਅਸੀਂ ਟੱਪਾ ਮਾਰ ਤੈਨੂੰ ਸਿਖਾਣਾ ਅਸੀਂ ਟੱਪਾ ਤੇ ਪੈਰ ਤੇ ਵੀ ਨੀ ਜਲਣਾ ਤੇ ਅਸੀਂ ਮਿੱਟੀ ਸੱਟ ਕਮਲਿਆ ਅਸੀਂ ਸੱਟ ਪੈਰ ਤੇ ਨਾ ਜਲੀ ਚੰਗਾ ਹੁਣ ਮਾਰ ਟੱਪਾ ਅਸੀਂ ਕਰ ਤੇ ਮਾਰ ਅੱਛੂ ਅੱਛੂ ਨੂੰ ਕਿਹੜੇ ਕੰਮ ਲਾ ਦਿੱਤਾ ਜੀ ਇਹਨੂੰ ਬੜਾਵੇ ਲਿਖਾਵੇ ਆਈ ਉਹ ਤੂੰ ਆਹਦੇ ਤਰ੍ਹਾਂ ਇਹਨੂੰ ਜੱਟ ਜ਼ਿਮੀਦਾਰ ਬਣਾ ਦਿੱਤਾ ਜੀ ਕੱਲ੍ਹ ਨੂੰ ਪੜ੍ਹੇ ਲਿਖਿਆ ਤੇ ਕੌਮ ਦੇ ਮੁਲਕ ਦਾ ਫਾਇਦਾ ਹੋਵੇ ਆ ਭਾਈ ਤੂੰ ਪਾਗਲ ਹੈ ਮੈਂ ਕੌਮ ਤੇ ਮੁਲਕ ਦਾ ਹੀ ਫਾਇਦਾ ਕਰਦਾ ਭਾਈ ਤੈਨੂੰ ਗੱਲ ਕੌੜੀ ਲੱਗ ਸੀ ਪਰ ਜਦੋਂ ਦਾ ਪਾਕਿਸਤਾਨ ਬਣਿਆ ਹੈ ਨਾ ਇਸ ਮੁਲਕ ਨੂੰ ਪੜ੍ਹੇ ਲਿਖਿਆ ਨੇ ਲੁੱਟਿਆ ਹੈ ਕਿਸੇ ਅਨਪੜ੍ਹ ਨੇ ਨਹੀਂ ਲੁੱਟਿਆ ਤੇ ਮੈਂ ਇਹ ਚਾਹੁੰਦਾ ਵੀ ਕੰਮ ਅਜ਼ ਕੰਮ ਇਹਨੂੰ ਮੈਂ ਅਨਪੜ੍ਹ ਰੱਖਾਂ ਵੀ ਇਹਨੇ ਮੁਲਕ ਦਾ ਫਾਇਦਾ ਕੀ ਕਰਨਾ ਜੇ ਕੱਲ੍ਹ ਨੂੰ ਪੜ੍ਹ ਲਿਖਦੇ ਨੇ ਮੁਲਕ ਨੂੰ ਲੁੱਟਣਾ ਹੈ ਨਾ ਤੇ ਉਹਦੇ ਨਾਲ ਵੀ ਜੱਟ ਜ਼ਿਮੀਦਾਰ ਬਣਾ ਚੰਗਾ ਭਾਈ ਆਦੀ ਖੂਨ ਪਸੀਨੇ ਦੀ ਖਾਸੀ ਆਦੀ ਹਲਾਲ ਕਰ ਤੇ ਖਾਸੀ ਗੱਲ ਮੇਰੀ ਕੌੜੀ ਏ ਪਰ ਹੈ ਹਕੀਕਤ ਪਰ ਅੱਛੂ ਇਹ ਗੱਲ ਠੀਕ ਹੈ ਕੱਲ੍ਹ ਉਹਨੂੰ ਪੜ੍ਹ ਲਿਖ ਜਾਂਦਾ ਤੇ ਇਹਦਾ ਫਾਇਦਾ ਹੈਗਾ ਸੀ ਉਹ ਗੱਲ ਤੇਰੀ ਸਹੀ ਹੈ ਤੇ ਗਲਤ ਮੈਂ ਵੀ ਨਹੀਂ ਕੀਤੀ ਉਹ ਜਿਹੜਿਆਂ ਨੂੰ ਪੜਾ ਲਿਖਾ ਦੇ ਅਫਸਰ ਬਣਾ ਦੇ ਬਾਹ ਦਿੰਦੇ ਹੈ ਉਹ ਜਨਾਬ ਇੱਕ ਕੁਰਸੀ ਤੇ ਬਹਿੰਦੇ ਨੇ ਅਗਲੀ ਕੁਰਸੀ ਤੇ ਉਹਨਾਂ ਦੀ ਲੱਤ ਹੁੰਦੀ ਹੈ ਉੱਤੇ 40 ਪੱਖਾ ਚੱਲੇ ਜਾਂਦਾ ਹੈ ਏਸੀ ਚੱਲੇ ਜਾਂਦੇ ਨੇ ਉਹ ਜਨਾਬ ਸਾਰੇ ਟੈਕਸਾਂ ਦੇ ਵਿੱਚੋਂ ਤੇ ਉਧਰੋਂ ਖਰਚੇ ਕੱਢੀ ਜਾਂਦੇ ਨੇ ਉਹ ਜਨਾਬ ਸਾਡੀ ਮੰਜੀ ਠੋਕੀ ਜਾਂਦੇ ਨੇ ਉਹ ਮੁਲਕ ਨੂੰ ਜਿੰਨਾ ਸਹੀ ਕਰਨਾ ਚਾਹੁੰਦੇ ਹੈ ਜਿੰਨੀਆਂ ਹਕੂਮਤਾਂ ਬਦਲਦੀਆਂ ਪਈਆਂ ਨੇ ਪਰ ਮੰਜੀ ਬਾਈ ਕਹਾਣੀ ਦੀ ਕਹਾਣੀ ਹੈ ਇਹ ਗੱਲ ਤੇ ਵੀ ਇਹਨੂੰ ਪੜ੍ਹੇ ਲਿਖੇ ਜਿਹੜੇ ਨੇ ਹਾਂਜੀ ਜਿਹੜੇ ਆਨੇ ਜੀ ਇਹਨਾਂ ਨੂੰ ਪੜਾਓ ਲਿਖਾਓ ਜੀ ਕੌਮ ਦਾ ਮੁਸਤਕਬਲ ਵੀ ਆ ਇੱਥੇ ਪੜ੍ਹੇ ਲਿਖੇ ਤਕਰੀਰਾਂ ਕਰਦੇ ਨੇ ਆਪਦੀਆਂ ਕਲਾਸਾਂ ਤੇ ਜਮਾਤਾਂ 'ਚ ਖੜੋ ਤੇ ਹੈਗਾ ਤਹਿਰੀਕਾਂ ਦਾ ਹਿੱਸਾ ਬਣਦੇ ਤੇ ਜਦੋਂ ਕੱਲ੍ਹ ਨੂੰ ਕਿਧਰੇ ਕੋਈ ਅਫਸਰ ਬਣ ਜਾਂਦੇ ਨੇ ਕਿਸੇ ਮੁਕਾਮ 'ਤੇ ਅੱਪੜਦੇ ਨੇ ਉਹੀ ਆ ਬਈ ਲਵਰੇ ਲਾਵਣ ਲੱਗ ਪੈਂਦੇ ਨੇ ਸਮਝ ਤੋਂ ਬਾਹਰ ਹੈ ਪਹਿਲੇ ਪਤਲੇ ਜੇ ਛੋਰ ਹੁੰਦੇ ਨੇ ਪਿੱਛੇ ਡੇਢ ਡੇਢ ਕਾਢ ਲੈਂਦੇ ਨੇ ਉਹ ਬਾਈਆ ਬਸ ਇਹ ਇੱਥੇ ਠੀਕ ਹੈ ਚਲੋ ਮਿਹਰਬਾਨੀ ਬਾਕੀ ਗੱਲ ਤੇਰੀ ਵੀ ਸਹੀ ਹੈ ਤੇ ਗੱਲ ਮੇਰੀ ਵੀ ਸਹੀ ਹੈ ਪਰ ਮੇਰੀ ਸਹੀ ਹੈ ਮੈਨੂੰ ਇਸ ਗੱਲ ਦਾ ਦੁੱਖ ਹੈ ਕਾਸ਼ ਮੇਰੀ ਗੱਲ ਸਹੀ ਨਾ ਹੁੰਦੀ ਬੇਟਰ ਸਟਾਰਟ ਕਰ ਆ ਟੋਕ ਮੈਂ ਖੋਲ ਲਾ ਟੋਕ ਲਾ ਮੈਂ ਬੇਟਰ ਸਟਾਰਟ ਕਰਨਾ ਮੈਂ ਬੇਟਰ ਸਟਾਰਟ